हर एक जोन की जा रही है। जोन 3 दे विच बस स्टैंड ते कीती गई है, जोन 1 दे विच जलंधर बाईपास कीती जा रही है, जोन 4 दे विच फोकल पॉइंट ते कीती जा रही है, दुगरी कीती जा रही है। सर देखा है जिदा होटलां विच अनचाते बते लोग जेड़े आके ठहरे ने उहनां दे आई कार्ड वगैरह डंडी कार्ड वगैरह चेक कीता जा रहा है। सारा कुछ जो भी शक्की व्यक्ति लगता है सारी चेकिंग हो रही है, जेड़े होटल दे बाहर है, बस स्टैंड ते, सड़कां ते हैगे, अंदर हैगे, जो भी शक्की सारे चेक कीते जा रहे। सर देखा है टिफिन बम दी बहुत चर्चा हुई है, बस अभी हवा हो गई है लुधियाना दे विच कीता जा रहा है। सारा स्टेट हाई अलर्ट ते हैगा, असीं भी हाई अलर्ट ते हैगे हां, 24 घंटे गुस्सा है। ਤੁਹਾਨੂੰ ਪਤਾ ਸਾਰਿਆਂ ਨੂੰ ਕਿ ਜਿਹੜਾ ਸਿੰਘ ਸਾਹਿਬ ਵੱਲੋਂ ਜਿਹੜਾ ਪੂਰਾ ਪੰਜਾਬ ਸਟੇਟ ਆ ਹਾਈ ਅਲਰਟ 'ਤੇ, ਉਹਦੇ ਮੱਦੇਨਜ਼ਰ ਰੱਖਦੇ ਹੋਏ ਲੁਧਿਆਣਾ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਜਿਹੜਾ ਸਰਚ ਆਪਰੇਸ਼ਨ ਚਲਾਇਆ ਗਿਆ। ਅਤੇ ਅਸੀਂ ਜਿਹੜਾ ਇਸ ਵਕਤ ਆਪਾਂ ਬੱਸ ਸਟੈਂਡ ਦੇ ਏਰੀਏ 'ਚ ਖੜ੍ਹੇ, ਤੁਸੀਂ ਜਿਹੜਾ ਬੱਸ ਸਟੈਂਡ ਦਾ ਏਰੀਆ ਆਸ ਪਾਸ ਅਤੇ ਹੋਟਲ ਢਾਬੇ ਹੋਰ ਬੱਸ ਸਟੈਂਡ ਦਾ ਅੰਦਰ ਏਰੀਆ ਪਾਰਕਿੰਗ ਵਗੈਰਾ ਬੱਸਿਸ ਵਗੈਰਾ ਸਾਰੀਆਂ ਚੈੱਕ ਕਰ ਰਹੇ ਹਾਂ ਤਾਂ ਕਿ ਜਿਹੜਾ ਵੀ ਕੋਈ ਵੀ ਅਨਸੁਖੀ ਜਿਹੜੀ ਘਟਨਾ ਉਹ ਨਾ ਵਾਪਰ ਸਕੇ। ਨਾਲ ਜਿਹੜਾ ਕਿ ਲੋਕਾਂ ਨੂੰ ਸਿਕਿਉਰਿਟੀ ਦਾ ਜਿਹੜਾ ਹੈਗਾ ਇੱਕ ਕੌਨਫੀਡੈਂਸ ਜਿਹੜਾ ਉਹਨਾਂ ਦੇ ਅੰਦਰ ਆ ਸਕੇ ਕਿ ਜਿਹੜਾ ਪੰਜਾਬ ਪੁਲਿਸ ਹੈ 24 ਘੰਟੇ ਉਹਨਾਂ ਲਈ ਖੜ੍ਹਾ ਹੈ। ਸਰ ਸ਼ਾਇਦ ਤੁਹਾਡੇ ਪਿਛਲੇ ਦਿਨਾਂ ਦੇ ਵਿੱਚ ਕੁਝ ਧਿਆਨ ਦੇ ਵਿੱਚ ਨਾ ਆਵੇ, ਇੱਥੇ ਅਨਸੁਖਾਵੀਆਂ ਘਟਨਾ ਦੇ ਨਾਮ ਤੇ ਇੱਥੇ ਔਨ ਰੋਡ ਕੌਨਫਲਿਕਟਸ ਬਹੁਤ ਹੋ ਰਹੇ ਨੇ। ਪ੍ਰੋਸਟੀਟਿਊਸ਼ਨ ਨੂੰ ਲੈ ਕੇ ਜਿਹੜੀਆਂ ਇੱਥੇ ਕੁੜੀਆਂ ਤੁਰੀਆਂ ਫਿਰਦੀਆਂ ਉਹਨਾਂ ਨੂੰ ਲੈ ਕੇ ਸਿਰ ਫੜਦੇ ਪਏ ਨੇ, ਔਨ ਰੋਡ ਕੱਪੜੇ ਫੜਦੇ ਪਏ ਜਿਹੜਾ ਦੇਖਿਆ ਗਿਆ ਸੋਨ ਚ ਵਿੱਚ ਗਿਆ। ਦੇਖੋ ਜਦੋਂ ਪੁਲਿਸ ਦੇ ਕੋਲ ਨੋਟਿਸ ਚਾਹੀਦੀ ਕੋਈ ਚੀਜ਼ ਆਉਂਦੀ ਕੰਪਿਊਟਰ ਤੇ ਤੁਰੰਤ ਐਕਸ਼ਨ ਲਿਆ ਜਾਂਦਾ ਹੈਗਾ। ਜਿਹੜਾ ਕ੍ਰਾਈਮ ਹੋ ਗਿਆ ਸੂਮਰ ਹੈ ਜਿਹੜਾ ਸੀਰੀਅਸ ਅਫੈਂਸ ਹੈ, ਤੇ ਜਦੋਂ ਵੀ ਸਾਡੇ ਕੋਈ ਨੋਟਿਸ ਚਾਹੁੰਦਾ ਹੈਗਾ ਜਾਂ ਕੰਪਲੇਂਟ ਆਦਾ ਉਹਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਂਦਾ, ਕੋਈ ਵੀ ਕੰਪਲੇਂਟ ਅਸੀਂ ਪੈਂਡਿੰਗ ਨਹੀਂ। ਸਰ ਇੱਕ ਹਦਾਇਤਾਂ ਐਡਮਿਨਿਸਟ੍ਰੇਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਵੀ ਇੱਕ ਆਈਡੀ ਲੈ ਕੇ ਇੱਕ ਹੋਟਲ ਦੇ ਵਿੱਚ ਕਮਰਾ ਦਿੱਤਾ ਜਾਏਗਾ। ਸਰ ਦਿੱਤਾ ਜਾਏਗਾ ਪਰ ਇੱਕ ਜਿਹੜਾ ਮੇਲ ਮੈਂਬਰ ਹੈ ਉਹ ਤਾਂ ਦਿੱਤਾ ਜਾਏਗਾ, ਪਰ ਨਾਲ ਜਿਹੜੀ ਆ ਰਹੀ ਹੈ ਉਹ ਕੀ ਹੈ, ਉਹ ਸਰ ਅਡੋਸੈਂਟ ਹੈ, ਮਾਈਨਰ ਹੈ ਜਾਂ ਕੀ ਹੈ, ਉਹ ਚੈੱਕ ਨਹੀਂ ਕੀਤਾ ਜਾ ਰਿਹਾ। ਬਿਲਕੁਲ ਚੈੱਕ ਕੀਤਾ ਜਾ ਰਿਹਾ, ਜਦੋਂ ਸਾਡੇ ਕੋਲ ਨੋਟਿਸ ਚਾਹੁੰਦਾ ਅਸੀਂ ਉੱਥੇ ਕੇਸ ਵੀ ਰਜਿਸਟਰ ਕਰਦੇ ਪਏ ਹਾਂ। ਸਾਡੇ ਕੋਲ ਕਈ ਕਾਫੀ ਕੇਸਿਸ ਜਿਹੜੇ ਜਾਂਦੇ ਸੀ ਅਸੀਂ ਐਕਸ਼ਨ ਲਿੱਤਾ, ਇਸ ਤੋਂ ਅੱਗੇ ਵੀ ਜਦੋਂ ਵੀ ਸਾਡੇ ਕੋਈ ਨੋਟਿਸ ਚਾਹੁੰਦਾ ਹੈਗਾ ਕਿ ਜਿਹੜੀ ਲੜਕੀ ਹੈ ਕੋਈ ਅਗਰ ਹੋਟਲ ਜਾ ਰਹੀ ਹੈ ਮਾਈਨਰ ਹੈ ਤਾਂ ਉਹਦੇ ਖਿਲਾਫ ਲੜਕੀ ਦੇ ਖਿਲਾਫ ਐਕਸ਼ਨ ਲਿਆ ਜਾਏਗਾ।